ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭਾਈ ਲੱਧੂ ਵਿਖੇ ਸਸਤੀ ਕਣਕ ਦਾਲ ਸਕੀਮ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਦੇ ਵੱਡੇ ਪੱਧਰ ਦੇ ਕਾਰਡ ਕੱਢ ਦਿੱਤੇ ਗਏ ਹਨ, ਜਿਸ ਕਰਕੇ ਸਥਾਨਕ ਲੋਕਾਂ ਦੇ ਮਨਾਂ ਵਿੱਚ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਪ੍ਰਤੀ ਭਾਰੀ ਰੋਸ ਪ੍ਰਗਟ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪਿੰਡ ਲੱਧੂ ਦੇ ਵਾਸੀ ਸਰਸੇਮ ਸਿੰਘ ਪੁੱਤਰ ਕਾਬਲ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋਏ ਵੱਡੀ ਗਿਣਤੀ ਵਿੱਚ ਲਾਭਪਾਤਰੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਲਾਭਪਾਤਰੀ ਬੀਤੇ ਪਿਛਲੇ ਕਈ ਸਾਲਾਂ ਤੋਂ ਇਸ ਆਟਾ ਦਾਲ ਸਕੀਮ ਤਹਿਤ ਸਸਤੀ ਕਣਕ ਦਾ ਲਾਭ ਲੈਂਦੇ ਆ ਰਹੇ ਹਨ, ਪ੍ਰੰਤੂ ਵਿਭਾਗ ਵੱਲੋਂ ਹੁਣ ਉਹਨਾਂ ਦੇ ਕਾਰਡ ਕੱਟ ਦਿੱਤੇ ਗਏ ਹਨ ਅਤੇ ਕਣਕ ਵੀ ਡੀਪੂ ਹੋਲਡਰ ਆਪਣੀ ਮਰਜ਼ੀ ਨਾਲ ਆਪਣੇ ਘਰ ਵਿੱਚ ਹੀ ਵੰਡ ਰਿਹਾ ਹੈ। ਜਦਕਿ ਕਣਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੰਡਣ ਲਈ ਅਸੀਂ MLA ਸਾਹਿਬ ਨੂੰ ਅਪੀਲ ਕੀਤੀ ਸੀ। ਇਸ ਮੌਕੇ ਇਕੱਤਰ ਹੋਏ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਦੇ DFSO ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਉਹਨਾਂ ਦੇ ਕਾਰਡ ਮੁੜ ਬਹਾਲ ਕੀਤੇ ਜਾਣ ਅਤੇ ਉਹਨਾਂ ਨੂੰ ਸਸਤੀ ਕਣਕ ਦਾਲ ਦੀ ਸਕੀਮ ਮੁਹੱਈਆ ਕਰਵਾਈ ਜਾਵੇ ਤਾਂ ਜੋ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕਣ। ਦੂਜੇ ਪਾਸੇ ਇਸ ਸੰਬੰਧੀ ਇੰਸਪੈਕਟਰ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕਣਕ ਬਣਦੇ ਲਾਭਪਾਤਰੀਆਂ ਨੂੰ ਹੀ ਦਿੱਤੀ ਜਾ ਰਹੀ ਹੈ, ਲੇਕਿਨ ਜਿਨ੍ਹਾਂ ਐਲੀਜੀਬਲ ਲਾਭਪਾਤਰੀਆਂ ਦੇ ਕਾਰਡ ਕੱਟੇ ਗਏ ਹਨ ਉਹਨਾਂ ਦੇ ਫਾਰਮ ਭਰ ਕੇ ਦੁਬਾਰਾ ਦਿੱਤੇ ਜਾਣਗੇ ਤਾਂ ਜੋ ਦੁਬਾਰਾ ਸਕੀਮ ਦਾ ਲਾਭ ਲੈ ਸਕਣ। ਮੇਰਾ ਨਾਮ ਤਰਸੇਮ ਸਿੰਘ, ਸਨ ਆਫ ਸਰਦਾਰ ਕਾਬਲ ਸਿੰਘ। ਇਹਨਾਂ ਗਰੀਬਾਂ ਨੂੰ ਕਣਕ ਨਾ ਮਿਲਣ 'ਤੇ ਅਸੀਂ ਇਕੱਠ ਕੀਤਾ। ਕੋਈ ਸਾਡੀ MLA ਨਹੀਂ ਸੁਣਦਾ, ਕੋਈ ਸਰਪੰਚ ਨਹੀਂ ਸੁਣਦਾ, ਕੋਈ ਡਿਊਪੂ ਹੋਲਡਰ ਨਹੀਂ ਸੁਣਦਾ, ਅਤੇ ਨਾ ਅਸੀਂ ਭੈਣੀ ਨੂੰ ਫੋਨ ਕੀਤਾ। ਭੈਣੀ ਸਾਨੂੰ ਅੱਗੋਂ ਮਾੜਾ ਕੁੰਦਾ ਜਿਹੜਾ ਇੱਥੇ ਪਰਚੀਆਂ ਕੱਟਣ ਆਇਆ। ਸਾਡਾ ਮਸਲਾ ਇਹ ਆ ਵੀ ਗੁਰਦੁਆਰਾ ਸਾਹਿਬ ਪਰਚੀਆਂ ਕੱਟਣ, ਗੁਰਦੁਆਰਾ ਸਾਹਿਬ ਕਣਕ ਵੰਡਣ ਅਤੇ ਗੁਰਦੁਆਰਾ ਸਾਹਿਬ ਸਾਰਾ ਕੁਛ ਹੋਵੇ ਅਤੇ ਜਿੰਨੀ ਕਣਕ ਆਈ ਆ ਕਿਸੇ ਦੀ ਸਾਰਿਆਂ ਨੂੰ ਗਰੀਬਾਂ ਨੂੰ ਉੱਨੀ ਉੱਨੀ ਮਿਲੇ ਜਿੰਨੀ ਜਿੰਨੀ ਆਈ ਆ। ਇਹ ਨਹੀਂ ਵੀ ਇੱਕ ਦੀ 10 ਤੋੜੇ ਆਈ ਅਤੇ ਉਹਨੂੰ 2 ਤੋੜੇ ਦੇ ਗਈ ਆਪਦੇ ਢਿੱਡ ਭਰਨ। ਇੰਸਪੈਕਟਰ ਕਿਹੜਾ ਆਇਆ ਇੱਥੇ ਕਣਕ ਵੰਡਰ? ਤੇਜਿੰਦਰ ਸਿੰਘ। ਅਤੇ ਉਹ ਇੱਥੇ ਆ ਕੇ ਜਾਂ ਚਲੇ ਗਿਆ? ਅਸੀਂ ਤਾਂ ਉਹਨੂੰ ਵੇਖਿਆ ਨਹੀਂ ਆਉਂਦੇ ਨੂੰ, ਨਾ ਉਹ ਮੌਕੇ 'ਤੇ ਆਉਂਦਾ ਹੀ ਆ, ਹਰ ਵਾਰੀ ਨਹੀਂ ਆਉਂਦਾ, ਨਾ ਸਾਡਾ ਫੋਨ ਚੁੱਕਦਾ। ਠੀਕ ਹੈ, ਸਾਡੀ ਮੰਗ ਇਹ ਆ ਇਹਨਾਂ ਗਰੀਬਾਂ ਨੂੰ ਕਣਕ ਦਿੱਤੀ ਜਾਵੇ 20 ਤਰੀਕ ਤੋਂ ਪਹਿਲਾਂ ਦੇ ਇਹਨਾਂ ਦੇ ਆਧਾਰ ਕਾਰਡ ਜਾਂ ਜੋ ਵੀ ਕਾਰਡ ਆ ਇਹਨਾਂ ਦੇ ਬਣਾਏ ਜਾਣ। ਜੱਟ ਕਿਸੇ ਨੂੰ ਕਣਕ ਨਹੀਂ ਮਿਲਣੀ ਚਾਹੀਦੀ। ਸਾਡੇ ਸਰਪੰਚ ਦੀ ਕਣਕ ਆਈ ਆ ਜਾਂ ਮਤਲਬ ਹੋਰ ਲੋਕਾਂ ਦੀ ਕਣਕ ਆਈ, ਉਹ ਕੱਟੀ ਜਾਵੇ ਅਤੇ ਗਰੀਬਾਂ ਦੇ ਕੱਲਿਆਂ ਦੇ ਕਾਰਡ ਰਹਿ ਜਾਣ, ਲਿਸਟ ਵੇਖੀ ਜਾਵੇ। ਮੇਰਾ ਨਾਮ ਇੰਦਰਜੀਤ ਸਿੰਘ, ਸਾਨੋਂ ਬਲਵਿੰਦਰ ਸਿੰਘ ਜੀ। ਹਾਂਜੀ ਸਰਦਾਰ ਜੀ, ਇਹ ਕਣਕ ਦੇ ਮਸਲੇ ਵਾਸਤੇ ਦਿਨ MLA ਸਾਹਿਬ ਕੋਲੋਂ ਵੀ ਗਏ ਹਾਂ ਵੀ ਜਿਹੜੀਆਂ ਸਾਡੀ ਪਰਚੀਆਂ ਵੰਡਣੀਆਂ ਉਹ ਸਾਡੀਆਂ ਗੁਰਦੁਆਰਾ ਸਾਹਿਬ ਵੰਡੀਆਂ ਜਾਣ, ਕਿਉਂਕਿ ਸਾਰਾ ਕੋਈ ਕਿਸੇ ਦਾ ਕੂਨ ਸਹਿ ਨਹੀਂ ਹੁੰਦਾ ਡੀਪੂ ਵਾਲੇ ਨਾਲ। MLA ਸਾਹਿਬ ਨੇ ਸਾਨੂੰ ਕਿਹਾ ਵੀ ਤੁਸੀਂ ਪਿੰਡ ਚਲ ਜਾਓ, ਮੈਂ ਉੱਥੇ ਭੈਣੀ ਸਾਹਿਬ ਨੂੰ ਜਾਂ ਇੰਸਪੈਕਟਰ ਨੂੰ ਕਹਿ ਦੂੰਗਾ ਵੀ ਉਹ ਗੁਰਦੁਆਰਾ ਸਾਹਿਬ ਆਣ ਕੇ ਪਰਚੀਆਂ ਕੱਟਣਗੇ। ਅਸੀਂ ਫਿਰ ਵੀ ਆਣ ਕੇ PA ਸਾਹਿਬ ਉਹਨਾਂ ਨੇ ਫੋਨ ਕੀਤਾ ਪਰ ਕੋਈ ਸਾਡੇ ਕਿਸੇ ਨੇ ਸੁਣਵਾਈ ਨਹੀਂ ਕੀਤੀ, ਨਾ ਗੁਰਦੁਆਰਾ ਸਾਹਿਬ ਕਿਸੇ ਨੇ ਪਰਚੀਆਂ ਕੱਟੀਆਂ ਗਈਆਂ। ਸਾਡਾ ਕਹਿਣ ਦਾ ਭਾਵ ਇਹ ਆ ਵੀ ਜਿੰਨੀ ਵੀ ਕਣਕ ਆਈ ਆ ਉਹ ਸਾਰੀ ਮਜ਼ਬੀ ਸਿੱਖਾਂ ਨੂੰ ਮਿਲੀ ਜਾਵੇ, ਜਿਹੜੇ ਜੱਟਾਂ ਨੂੰ ਮਿਲਦੀ ਹੈ ਬਿਲਕੁਲ ਕਣਕ ਨਹੀਂ ਮਿਲਣੀ ਚਾਹੀਦੀ, ਉਹ ਛੋਟੇ ਜ਼ਿਮੀਂਦਾਰ ਨੂੰ ਕਿੱਲੇ ਵਾਲੇ ਨੂੰ ਮਿਲਣੀ ਚਾਹੀਦੀ। ਕਣਕ ਕਿੱਦਣ ਦੀ ਆਈ ਆ ਤੁਹਾਡੇ ਪਿੰਡ ਦੇ ਵਿੱਚ? ਕਣਕ ਨੂੰ ਅੱਜ 3 ਦਿਨ ਹੋ ਗਏ ਜੀ ਆਈ ਨੂੰ, ਉਹ ਵੀ ਡੀਪੂ ਦੇ ਹੋਟਲ ਵਾਲੇ ਦੇ ਘਰ ਪਈ, ਅੰਦਰ ਪਈ ਹੈ ਜੀ। ਡੀਪੂ ਹੋਲਡਰ ਦਾ ਨਾਮ ਕੀ ਹੈ? ਕੁਲਵੀਰ ਸਿੰਘ ਜੀ। ਰਣਜੋਤ ਸਿੰਘ ਦੇ ਨਾਂ ਤੇ? ਰਣਜੋਤ ਸਿੰਘ ਦੇ ਨਾਂ ਤੇ, ਸਾਨੂੰ ਕੁਲਵੀਰ ਸਿੰਘ। ਤੇ ਕਣਕ ਜਿਹੜਾ ਵੰਡਣ ਆਇਆ ਇੰਸਪੈਕਟਰ ਉਹ ਹੈਗਾ ਮੌਜੂਦ ਉੱਥੇ? ਨਹੀਂ, ਮੌਜੂਦ ਨਹੀਂ ਹੈਗਾ ਜੀ, ਉਹ ਸਿਰਫ ਇੱਕ ਉਹਨਾਂ ਭੈਣੀ ਸਾਹਿਬ ਅਸੀਂ ਕਹਿੰਦੇ ਜਿਹੜਾ ਪਰਚੀਆਂ ਕੱਟਦਾ ਸਿਰਫ ਉਹ ਹੋਇਆ। ਤੁਹਾਡੀ ਮੰਗ ਕੀ ਹੈ? ਮੰਗ ਸਰ ਜੀ ਇਹੋ ਹੀ ਆ ਵੀ ਸਾਨੂੰ ਇਹਨਾਂ ਨੂੰ ਗਰੀਬਾਂ ਨੂੰ ਕਣਕ ਦਿੱਤੀ ਜਾਵੇ, ਜੋ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ। ਜਿਹੜੇ ਫਾਲਤੂ ਜ਼ਿਮੀਂਦਾਰਾਂ ਨੂੰ ਕਣਕ ਦਿੰਦੇ ਆ, ਆਪਦਾ ਢਿੱਡ ਭਰਦੇ, ਜਿਸ ਦੇ ਕਿ 5 ਤੋੜੇ ਆਉਂਦੀ ਉਹਨੂੰ 2 ਦਿੰਦੇ ਆ, ਬਾਕੀ 3 ਤੋੜੇ ਜਿਹੜੇ ਆਪ ਢਿੱਡ ਭਰਦੇ ਉਹ ਇਹਨਾਂ ਦਾ ਢਿੱਡ ਨਾ ਭਰਿਆ ਜਾਵੇ। ਨਹੀਂ, ਉਹ ਜਿਹੜੀ ਕਣਕ ਕੱਟੀ ਗਈ ਉਹਦਾ ਕੀ ਕਾਰਨ ਹੈ? ਕੀ ਉਹ ਸਿਆਸੀ ਦਬਾਅ ਤਹਿਤ ਕੱਟੀ ਗਈ ਆ ਜਾਂ ਕੀ ਕਾਰਨ ਹੈ? ਨਹੀਂ ਸਰ ਜੀ, ਸਰਪੰਚ ਸਾਹਿਬ ਜੋ ਕਹਿੰਦਾ ਸਰਪੰਚ ਸਾਹਿਬ ਕਰਨ ਦਾ, ਕੋਈ ਸਿਆਸੀ ਦਬਾਅ ਕਾਹਦਾ ਹੋਣਾ? ਠੀਕ ਹੈ, ਜੋ ਕਰਦਾ ਸਰਪੰਚ ਸਾਹਿਬ ਕਰਦਾ ਮਰਜ਼ੀ ਆ। ਠੀਕ ਹੈ।
ਕੀ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਬਲਵਿੰਦਰ ਕੌਰ, ਭਾਈ ਲੱਡੂ ਤੋਂ ਰਹੀ ਹਾਂ। ਅਤੇ ਭਾਈ ਇਹ ਪੰਜ ਜੀਆਂ ਘਰ ਦੇ, ਦੋ ਦਿੱਤੇ ਤੋੜੇ ਅਤੇ ਬਾਕੀ ਨਹੀਂ, ਤਿੰਨ ਨੇ ਨਹੀਂ ਦਿੱਤੇ। ਅਤੇ ਵੱਡੀ ਜਠਾਣੀ ਹੈ ਮੇਰੀ, ਤਾਂ ਉਹਨਾਂ ਦੇ 8-9 ਤੋੜੇ ਆਉਂਦੇ, ਅਤੇ ਉਹਨਾਂ ਨੂੰ ਕੱਖ ਨਹੀਂ ਦਿੱਤਾ ਗਿਆ ਅੱਜ ਤੱਕ, ਹਾਲ ਦੀ ਘੜੀ ਤੱਕ। ਡਿਪੂ ਹੋਲਡਰ ਕੋਲ ਗਏ ਹੋ, ਕੀ ਆਖਿਆ ਉਹਨੇ? ਉਹਨਾਂ ਨੇ ਆਖਿਆ ਤੁਹਾਡਾ ਮਸਲਾ ਹੱਲ ਕਰਾਂਗੇ 4 ਵਜੇ ਤੋਂ ਬਾਅਦ ਆ। ਤਾਂ ਮੁੜ ਕੇ ਕਿੰਨੇ ਦੇਣੀ ਭਾਅ ਜੀ ਸਾਨੂੰ? ਬਸ ਪੈ ਗਈ ਪੱਕੇ ਭਾਂਡੇ। ਕੀ ਮੰਗ ਕੀ ਕਰਦੇ ਤੁਸੀਂ ਹੁਣ? ਅਸੀਂ ਇਹੋ ਮੰਗ ਕਰਦੇ ਵੀ ਸਾਡਾ ਇਹ ਹੱਕ ਸਾਨੂੰ ਚਾਹੀਦਾ ਗਰੀਬਾਂ ਨੂੰ। ਸਾਨੂੰ ਇਹ ਨਹੀਂ ਭਾਈ ਜੱਟ ਜ਼ਿਮੀਂਦਾਰਾਂ ਨੇ ਤੁਹਾਡੇ ਹੁੰਦਿਆਂ ਆਖਿਆ ਵੀ ਸਾਨੂੰ ਨਹੀਂ ਗਰੀਬਾਂ ਦੀ ਕਣਕ ਚਾਹੀਦੀ, ਮਜ਼ਬੀ ਸਿੱਖਾਂ ਦੀ, ਮਜ਼ਬੀ ਸਿੱਖਾਂ ਦੇ ਕੋਲ ਚਾਹੀਦੀ ਕਣਕ। ਨਾਮ ਹੈ ਆਪਣਾ? ਸ਼ੁਭ ਹਰਮਿੰਦਰ ਸਿੰਘ। ਇਹ ਭਾਈ ਲੱਦੂ ਦੇ ਵਿੱਚ ਕਣਕ ਵੰਡ ਰਿਹਾ, ਲੋਕਾਂ ਦਾ ਜਿਹੜਾ ਬੜਾ ਰੋਸ ਹੈ ਆਉਂਦੇ ਵੀ ਕਣਕ ਸਾਡੀ ਜਿਹੜੀ ਆ ਉਹ ਕੱਟ ਦਿੱਤੀ ਆ, ਕੀ ਮਸਲਾ ਹੈ ਸਰ? ਸਾਰਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ 2011 ਦੀ ਆਬਾਦੀ ਦੇ ਹਿਸਾਬ ਨਾਲ 52% ਕੋਟੇ ਦੇ ਹਿਸਾਬ ਨਾਲ ਇੱਥੇ ਕਣਕ ਵੰਡੀ ਜਾਣੀ ਹੈ। ਅੱਛਾ ਜੀ, ਠੀਕ ਹੈ। 52% ਕੋਟੇ ਦੇ ਹਿਸਾਬ ਨਾਲ ਕੋਈ 400 ਤੋੜਾ ਇੱਥੇ ਪਿੰਡ ਦੇ ਵਿੱਚ ਕਣਕ ਵੰਡੀ ਜਾਣੀ ਹੈ। ਠੀਕ ਹੈ ਜੀ। ਇਹ ਵੀ ਇਹ ਕਣਕ ਦੇ ਲਈ ਆ ਵੀ ਗਰੀਬ ਪਰਿਵਾਰ, ਪਹਿਲਾਂ ਅਸੀਂ SC ਭਾਈਚਾਰੇ ਨੂੰ ਵੀ ਕਣਕ ਦੇ ਰਹੇ ਹਾਂ ਜਿਹੜਾ ਐਲੀਜੀਬਲ ਹੈ ਜੀ, ਜਿਹੜਾ ਐਲੀਜੀਬਲ ਹੈ। ਹਾਂਜੀ, ਅਤੇ ਇੱਕ ਸਰ ਮਸਲਾ ਹੋ ਰਿਹਾ ਵੀ ਉਹ ਆਖਦੇ ਆ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਸਾਂਝੇ ਥਾਂ ਕਣਕ ਵੰਡੋ, ਇਹ ਡਿਪੂ ਹੋਲਡਰ ਦੇ ਘਰ ਕਣਕ ਵੰਡ ਰਹੇ, ਉਹ ਕੀ ਕਾਰਨ? ਨਹੀਂ, ਇਹ ਡਿਪੂ ਹੋਲਡਰ ਦੀ ਡਿਪੂ ਇੱਥੇ ਆ। ਹਾਂਜੀ, ਅਸੀਂ ਸਰਕਾਰੀ ਡਿਪੂ ਦੇ ਉੱਤੇ ਕਣਕ ਵੰਡ ਰਹੇ ਹਾਂ। ਓਕੇ ਜੀ। ਅਤੇ ਤੁਹਾਡੇ ਹਿਸਾਬ ਦੇ ਨਾਲ ਇਹ ਜਿਹੜੀ ਮੰਗ ਕਰ ਰਹੇ ਆ ਬੇਬੁਨਿਆਦ? ਕਿਉਂਕਿ ਜੇ ਸਰਕਾਰ ਨੇ ਡਿਪੂ ਹੋਲਡਰ ਨੂੰ ਲਾਇਸੈਂਸ ਦਿੱਤਾ, ਹਾਂਜੀ ਠੀਕ ਹੈ, ਉਹਨੂੰ ਡਿਪੂ 'ਤੇ ਹੀ ਵੰਡਣ ਲਈ ਉਹਨਾਂ ਨੇ ਕਿਹਾ, ਅਤੇ ਇਹ ਕਰਕੇ ਅਸੀਂ ਡਿਪੂ ਦੇ ਉੱਤੇ ਹੀ ਵੰਡ ਰਹੇ ਹਾਂ ਕਣਕ। ਅਤੇ ਜਿਹੜੀ ਇਹ ਸਰ ਕਣਕ ਜਿਨ੍ਹਾਂ ਦੀ ਕੱਟੀ ਗਈ ਹੈ, ਇਹ ਮਤਲਬ ਕਿ ਇਹਨੂੰ ਦੁਬਾਰਾ ਚਾਲੂ ਕਰਾਉਣ ਲਈ ਉਹਦੇ ਲਈ ਕੋਈ ਇਹਨਾਂ ਨੂੰ ਕੋਈ ਰੀਜ਼ਨ ਵਗੈਰਾ ਕੋਈ ਦੇ? ਜਿਨ੍ਹਾਂ ਦੀ ਕਣਕ, ਇਹ ਦਰਅਸਲ ਇਸ ਤਰ੍ਹਾਂ, ਇਹ ਜਿਹੜਾ ਨਵੀਂ ਵੈਰੀਫਿਕੇਸ਼ਨ ਹੋਈ ਹੈ, ਜਿਨ੍ਹਾਂ ਜਿਨ੍ਹਾਂ ਦੇ ਫਾਰਮ ਸਾਡੇ ਕੋਲ ਪਹੁੰਚੇ ਆ, ਉਹਨਾਂ ਉਹਨਾਂ ਦੀ ਅਸੀਂ ਜਿਹੜੇ ਕਾਰਡ ਵੈਰੀਫਾਈ ਕੀਤੇ ਆ, ਉਹਨਾਂ ਨੂੰ ਕਣਕ ਦੇ ਰਹੇ ਹਾਂ ਅਸੀਂ। ਜੇ ਕੋਈ ਵਿੱਚੋਂ ਗਰੀਬ ਰਹਿ ਗਿਆ ਤਾਂ ਉਹ ਫਾਰਮ ਆਪਣਾ ਹੀ ਨਵੇਂ ਸਿਰਿਓਂ ਦੇ ਦੇਵੇ ਸਾਨੂੰ, ਅਤੇ ਅਸੀਂ ਉਹਦਾ ਫਾਰਮ ਜਿਹੜਾ ਔਨਲਾਈਨ ਕਰ ਦਾਂਗੇ, ਵੈਰੀਫਾਈ ਕਰਾਂਗੇ। ਹਾਂ, ਉਸ ਤੋਂ ਬਾਅਦ ਇਹ ਆ ਵੀ ਜਦੋਂ ਕੋਟਾ ਆਊਗਾ ਅਸੀਂ ਉਹਨਾਂ ਨੂੰ ਵੰਡ ਦਾਂਗੇ। ਠੀਕ ਸਰ। ਕੀ ਨਾਮ ਸਰ ਆਪਣਾ? ਸਰਦਾਰ ਚਾਨਣ ਸਿੰਘ। ਅਤੇ ਤੁਸੀਂ ਪਿੰਡ ਦੇ ਸਰ ਸਰਪੰਚ ਜੋ? ਕਿਆ ਪਿੰਡ ਦੇ ਵਿੱਚ ਸਰ ਰੋਸ ਬੜਾ ਹੈ ਕਣਕ ਨੂੰ ਲੈ ਕੇ, ਕੀ ਕਾਰਨ ਹੈ? ਜੀ, ਅਸੀਂ ਕਣਕ ਬਿਲਕੁਲ ਸਹੀ ਵੰਡ ਰਹੇ ਹਾਂ। ਹਾਂਜੀ, ਜਿਹਦਾ ਵਿੱਚ ਖਾਤੇ ਦੇ ਵਿੱਚ ਨਾਂ ਹੈਗਾ ਉਹਨੂੰ ਅਸੀਂ ਉਹਦੀ ਪਰਚੀ ਕੱਢ ਕੇ ਦੇ ਰਹੇ ਹਾਂ। ਜਿਹੜੇ ਜੱਟ ਜ਼ਿਮੀਂਦਾਰ ਸੀ 7-8 ਦਸਾਂ ਕਿੱਲਿਆਂ ਵਾਲੇ, ਉਹਨਾਂ ਦੇ ਕਾਰਡ ਕੱਟੇ ਗਏ ਜੀ, ਇਹ ਸਰਕਾਰ ਵੱਲੋਂ ਜੋ ਇਹਨਾਂ ਸਰਕਾਰ ਨੇ ਸਹੂਲਤ ਆ। ਲੋਕਾਂ ਦਾ ਕਹਿਣਾ ਹੈ ਵੀ ਜਿਹੜੀ ਸਰਪੰਚ ਸਾਹਿਬ ਖੁਦ ਦੀ ਕਣਕ ਹੈ ਉਹ ਨਹੀਂ ਕੱਟੀ ਗਈ, ਉਹ ਕੀ ਕਾਰਨ ਹੈ ਸਰ? ਸਰ, ਸਾਡੀ ਕਣਕ ਵਿੱਚ ਹੈਗੀ ਨਹੀਂ, ਪਿੱਛੇ ਕਾਰਡ ਪਹਿਲਾਂ ਬਣਿਆ ਸੀ ਜੀ, ਹੁਣ ਨਵੇਂ ਜਦੋਂ ਕਟਾਈ ਕਟੌਤੀ ਹੋ ਗਈ ਉਦੋਂ ਕੱਟਿਆ ਗਿਆ, ਕੱਟ ਦਿੱਤਾ ਕਾਰਡ ਗਿਆ। ਹੁਣ ਸਰ ਜਿਹੜੀ ਕਣਕ ਜਿਨ੍ਹਾਂ ਲੋਕਾਂ ਦੀ ਗਰੀਬਾਂ ਦੀ ਕੱਟੀ ਗਈ ਆ, ਜਿਹੜੇ ਐਲੀਜੀਬਲ ਹੈਗੇ ਆ, ਉਹਨਾਂ ਦੇ ਬਾਬਤ ਤੁਸੀਂ ਕੀ ਕਾਰਵਾਈ ਕਰ ਰਹੇ? ਸਰ, ਅਸੀਂ ਉਹਨਾਂ ਦੇ ਫਾਰਮ ਭਰ ਰਹੇ ਹਾਂ ਅਤੇ ਉਹਨਾਂ ਨੂੰ ਕਣਕ ਆਉਣ ਵਾਲੇ ਕੋਟੇ ਦੇ ਵਿੱਚੋਂ ਅਸੀਂ ਦੇਵਾਂਗੇ। ਠੀਕ ਹੈ ਸਰ, ਓਕੇ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।